ਜਿਹੜੇ ਨੰਗਲੇ ਮਜ਼ਦੂਰਾਂ ਦੀ ਮੌਤ ਹੋਈ ਆ, ਕੌਣ ਨੇ ਤੇ ਕਿਵੇਂ ਹੋਇਆ ਹਾਦਸਾ? ਉਹ ਸਰ ਇੱਕ ਤਾਂ ਗੁਰਦੀਪ ਸਿੰਘ ਆ ਜੀ, ਉਹਦੇ ਡੈਡੀ ਦਾ ਨਾਂ ਹੈਗਾ ਗੋਬਿੰਦ ਸਿੰਘ ਜੀ। ਦੂਜਾ ਮਜ਼ਦੂਰ ਆ ਸਰ ਸਾਧੂ ਸਿੰਘ ਪੁੱਤਰ ਸੁਰਗ ਸਿੰਘ, ਇਹ ਦੋਵੇਂ ਨਾਂਗਲੇ ਦੇ ਰਹਿਣ ਵਾਲੇ ਨੇ ਸਰ। ਇਹਨਾਂ ਨੇ ਕੱਲ੍ਹ ਕ੍ਰਿਸ਼ਨ ਸਿੰਘ ਸਨ ਆਫ ਜੋਗਿੰਦਰ ਸਿੰਘ ਜੱਟ ਦੇ ਮਤਲਬ ਖੇਤ ਦੇ ਵਿੱਚ ਟਾਹਲੀ ਲੱਗੀ ਸੀ ਜੀ, ਉਹਨਾਂ ਨੇ ਟਾਹਲੀ ਵੱਢਣ ਲਈ ਠੇਕਾ ਕੀਤਾ ਸੀ ਸਰ। ਕੱਲ੍ਹ ਇਹਨਾਂ ਨੇ ਦੋਨੇ ਜਣਿਆਂ ਨੇ ਜਾ ਕੇ ਮਤਲਬ ਟਾਹਲੀ ਦੇ ਆਲੇ ਦੁਆਲੇ ਟੋਆ ਖੁੱਦ ਕੇ ਜੀ ਉਹਦੀਆਂ ਜਿਹੜੇ ਤਣੇ ਵਗੈਰਾ ਸੀ ਵੱਢ ਦਿੱਤੇ ਸੀ। ਮੀਂਹ ਪੈਣ ਕਰਕੇ ਜੋ ਵਾਹਣ ਜਿਹੜਾ ਸੀ ਪੋਲਾ ਹੋ ਗਿਆ ਸਰ, ਉਸ ਕਰਕੇ ਜਿਹੜੀ ਟਾਹਲੀ ਸੀ ਉਹ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਪਈ ਜੀ। ਡਿੱਗੀ ਹੋਈ ਸਰ, ਇਹ ਸਵੇਰੇ ਆ ਕੇ ਦੋਨੇ ਜਣੇ ਮਤਲਬ ਦੁਬਾਰਾ ਕੰਮ 'ਤੇ ਜਦ ਆ ਗਏ ਜੀ, ਉਸ ਟਾਈਮ ਲਾਈਟ ਗਈ ਹੋਈ ਸੀ ਜੀ। ਲਾਈਟ ਜਾਣ ਕਰਕੇ ਇਹਨਾਂ ਨੇ ਆਖਿਆ ਵੀ ਆਪਾਂ ਵੀ ਛੇਤੀ ਛੇਤੀ ਟਾਹਲੀ ਛਾਂਕ ਕੇ ਵੀ ਆਪਾਂ ਤਾਰਾਂ ਜਿਹੜੀਆਂ ਨੰਗੀਆਂ ਕਰ ਦਈਏ। 5-7 ਮਿੰਟ ਇਹਨਾਂ ਨੇ ਵਿਚਾਰੇ ਨੇ ਕੰਮ ਕੀਤਾ, ਜਦੋਂ ਲਾਈਟ ਗਈ ਹੋਈ ਸੀ ਸਰ, ਉਦੋਂ ਬਾਅਦ ਅਚਨਚੇਤ ਲਾਈਟ ਆ ਗਈ ਜੀ। ਲਾਈਟ ਆਉਣ ਕਰਕੇ ਸਰ ਇਹਨਾਂ ਦੀ ਦੋਨਾਂ ਦੀ ਮੌਕੇ 'ਤੇ ਮੌਤ ਹੋ ਗਈ। ਕੀ ਕਾਰਵਾਈ ਕੀਤੀ ਗਈ ਹੈ? ਪੋਸਟਮਾਰਟਮ ਕਰਾ ਕੇ ਲਾਸ਼, ਪੋਸਟਮਾਰਟਮ ਕਰਾ ਕੇ ਸਰ ਅਸੀਂ ਲਾਸ਼ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰਤੀਆਂ ਸਰ। 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ ਜੀ।